ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ ਚੈਨਲ ਫਾਰਮਰ ਕਿੰਗ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲਵੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਹੀ ਹੋਵੋਗੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਜੋ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਆਪਣੇ ਖੇਤੀਬਾੜੀ ਦੇ ਕਿਸੇ ਵੀ ਸੰਦ ਜਿਵੇਂ ਟਰੈਕਟਰ ਹਲ ਤਵੀਆਂ ਕਾਰ ਜੀਪ ਕਿਸੇ ਵੀ ਸਜ ਦਾ ਟਰਾਲਾ ਟਰਾਲੀ ਕੰਬਾਈਨ ਟੂੜੀ ਰੀਪਰ ਰੋਟਾਵੇਟਰ ਵਗੈਰਾ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਆਪਣੇ ਇਸ ਨੰਬਰ ਤੇ 4 ਤੋਂ 5 ਫੋਟੋਆਂ 4 ਤੋਂ 5 ਫੋਟੋਆਂ ਲਾਜ਼ਮੀ ਨੇ ਤੇ ਨਾਲ ਹੀ ਬਣਦੀ ਜਾਣਕਾਰੀ ਜਿਵੇਂ ਮਾਡਲ ਰੇਟ ਏਰੀਆ ਟਾਇਰਾਂ ਦੀ ਕੰਡੀਸ਼ਨ ਆਪਣੇ ਅਨਸਾਰ ਹੋਰ ਵੀ ਕੋਈ ਜਾਣਕਾਰੀ ਇਸ ਨੰਬਰ ਤੇ ਭੇਜ ਸਕਦੇ ਹੋ ਤੇ ਆਪਣੀ ਐਡ ਫ੍ਰੀ ਵਿੱਚ ਲਗਵਾ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਸੇਲ ਵਿੱਚ ਚਾਰ ਚੀਜ਼ਾਂ ਲੈ ਕੇ ਆਏ ਆਂ ਸੋਨਾਲੀਕਾ ਡੀਆਈ 750 ਟਰੈਕਟਰ ਹੈ ਜਗਤਜੀਤ ਸਪੋਰਟਸ ਪਲੱਸ ਕੰਪਿਊਟਰ ਕਰਾ ਹੈ ਦਲੀਪ 930 ਕੰਬਾਈਨ ਹੈ 11 ਬਾਈ 6.5 ਫੁੱਟ ਸਾਈਜ਼ ਦੀ ਡਬਲ ਟਾਇਰ ਵਾਲੀ ਟਰਾਲੀ ਹੈ ਹੁਣ ਤੁਹਾਨੂੰ ਸੋਨਾਲੀਕਾ ਡੀਆਈ 750 ਟਰੈਕਟਰ ਦਿਖਾ ਰਹੇ ਆਂ ਇਹ ਟਰੈਕਟਰ 2014 ਮਾਡਲ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਖੜਾ ਹੈ ਆਲ オリジナル ਟਰੈਕਟਰ ਹੈ ਬਹੁਤ ਹੀ ਸਾਫ਼ ਹਾਲਤ ਵਿੱਚ ਟਰੈਕਟਰ ਦਾ ਰੰਗ ਪੇਂਟ ਪਿਆ ਹੈ ਟਰੈਕਟਰ ਦੇ ਬਾਡੀ ਚੈਸੀ ਲਿੰਕਾਂ ਦਾ ਨਾਲ ਦੀ ਰੰਗ ਪੇਂਟ ਹੈ ਟਰੈਕਟਰ ਦੇ ਕਿਸੇ ਵੀ ਪਾਰਟ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਸਾਰਾ ਰੰਗ ਪੇਂਟ ਟਰੈਕਟਰ ਦੇ ਨਾਲ ਦਾ ਹੀ ਹੈ ਜੇਕਰ ਟਰੈਕਟਰ ਦੇ ਫਿਊਚਰਾਂ ਦੀ ਗੱਲ ਕਰੀਏ ਇਹ ਟਰੈਕਟਰ ਡਬਲ ਕਲੱਚ ਸਿੰਪਲ ਸਟੀering ਪਾਵਰ ਬ੍ਰੇਕ ਸਾਈਡ ਗੇਅਰ ਦੇ ਨਾਲ ਹੈ ਟਰੈਕਟਰ ਦਾ ਹਰਿਆਣਾ ਦਾ ਨੰਬਰ ਹੈ ਇਹ ਟਰੈਕਟਰ ਪਹਿਲੇ ਮਾਲਕ ਦੇ ਨਾਮ ਹੈ ਇਕਦਮ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਹੈ ਇੰਜਨ ਗੇਅਰ ਪੰਪ ਦਾ ਟਰੈਕਟਰ ਬਿਲਕੁਲ ਓਕੇ ਹੈ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਤੇ ਨਾ ਹੀ ਕਿਤੇ ਕੋਈ ਲੀਕਿੰਗ ਵਗੈਰਾ ਹੈ ਟਰੈਕਟਰ ਦੇ ਟਾਇਰਾਂ ਦੀ ਕੰਡੀਸ਼ਨ 95 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਏ ਕਲਾਸ ਕੰਡੀਸ਼ਨ ਵਿੱਚ ਟਰੈਕਟਰ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਫੁੱਲ ਗਾਰੰਟੀ ਹੈ ਤੁਸੀਂ ਟਰੈਕਟਰ ਨੂੰ ਖਰੀਦਣ ਸਮੇ ਟਰੈਕਟਰ ਨੂੰ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇਹ ਟਰੈਕਟਰ ਦਾ ਪਿੰਡ ਖੇਤਲਾ ਜ਼ਿਲ੍ਹਾ ਸੰਗਰੂਰ ਏਰੀਆ ਜਿੱਥੇ ਟਰੈਕਟਰ ਖੜਾ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ 3,85,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਆਂ ਜਿਹੜੇ ਵੀਰ ਆਪਣੇ ਇਸ ਚੈਨਲ ਦੇ ਰਾਹੀਂ ਟਰੈਕਟਰ ਜਾਂ ਕਾਰ ਜੀਪ ਕੋਈ ਵੀ ਮਸ਼ੀਨਰੀ ਖਰੀਦਦੇ ਐ ਇੱਕ ਵਾਰ ਉਸਦੇ ਡਾਕੂਮੈਂਟਸ ਜ਼ਰੂਰ ਚੈੱਕ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਦਿੱਕਤ ਨਾ ਆ ਸਕੇ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਗਵਾਉਣ ਲਈ ਫੋਟੋਆਂ ਭੇਜਦੇ ਐ ਉਹ ਆਪਣੀ ਮਸ਼ੀਨਰੀ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰਨਾ ਉਹਨਾਂ ਕੀ ਰੇਟ ਦੱਸਿਆ ਕਰਨਾ ਜਿੰਨੇ ਕ ਦੀ ਮਸ਼ੀਨਰੀ ਹੋਵੇ ਬਹੁਤ ਜ਼ਿਆਦਾ ਵੀਰਾਂ ਦੇ ਕਮੈਂਟ ਆਉਂਦੇ ਐ ਮੈਸੇਜ ਆਉਂਦੇ ਐ ਕਿ ਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇਕਰ ਕੋਈ ਵੀ ਵੀਰ ਮਸ਼ੀਨਰੀ ਖਰੀਦਣ ਦਾ ਚਾਹਵਾਨ ਹੁੰਦਾ ਹੈ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਕੇ ਮਸ਼ੀਨਰੀ ਖਰੀਦ ਸਕਦਾ ਹੈ ਜੁੜੇ ਰਹੋ ਆਪਣੇ ਇਸ ਚੈਨਲ ਦੇ ਨਾਲ ਜਿਹੜੇ ਵੀਰ ਵੀਡੀਓ ਦੇਖ ਰਹੇ ਐ ਚਲਦੇ ਚਲਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਨਾਲ ਜੁੜ ਸਕਣ ਆਪਾਂ ਤੁਹਾਡੇ ਲਈ ਇਸ ਤੋਂ ਵੀ ਵਧੀਆ ਢੰਗ ਨਾਲ ਵੀਡੀਓ ਬਣਾ ਕੇ ਲੈ ਕੇ ਆ ਸਕੀਏ ਹੁਣ ਤੁਹਾਨੂੰ ਦਲੀਪ 930 ਕੰਬਾਈਨ ਦਿਖਾ ਰਹੇ ਹਾਂ ਇਹ ਕੰਬਾਈਨ 2008 ਮਾਡਲ ਹੈ ਏ ਕਲਾਸ ਕੰਡੀਸ਼ਨ ਵਿੱਚ ਕੰਬਾਈਨ ਖੜੀ ਹੈ ਸਾਰੀ ਕੰਬਾਈਨ ਨੂੰ ਦੁਬਾਰਾ ਰੰਗ ਪੇਂਟ ਕਰਵਾਇਆ ਗਿਆ ਹੈ ਕੰਬਾਈਨ ਦੇ ਵਧੀਆ ਕੁਆਲਿਟੀ ਦਾ ਪੇਂਟ ਕੀਤਾ ਗਿਆ ਹੈ ਕੰਬਾਈਨ ਦਾ ਪੰਜਾਬ ਦਾ ਨੰਬਰ ਹੈ ਪੀਬੀ 31 ਮਾਨਸਾ ਨੰਬਰ ਕੰਬਾਈਨ ਹੈ ਕੰਬਾਈਨ ਦੇ 02 ਇੰਜਣ ਲੱਗਾ ਹੋਇਆ ਹੈ ਇੰਜਣ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ ਕੰਬਾਈਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਕੰਬਾਈਨ ਦੇ ਟਾਇਰਾਂ ਦੀ ਕੰਡੀਸ਼ਨ ਅਗਲੇ ਵੱਡੇ ਟਾਇਰ ਨਵੇਂ ਲੱਗੇ ਹੋਏ ਹੈ ਪਿਛਲੇ ਛੋਟੇ ਟਾਇਰ 70 ਪੈਸੇ ਹੈ ਵਧੀਆ ਹਾਲਤ ਵਿੱਚ ਕੰਬਾਈਨ ਚੱਲਦੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਫੁੱਲ ਗਾਰੰਟੀ ਹੈ ਤੁਸੀਂ ਕੰਬਾਈਨ ਨੂੰ ਖਰੀਦਣ ਸਮੇ ਕੰਬਾਈਨ ਨੂੰ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਕੰਬਾਈਨ ਦਾ ਮਾਨਸਾ ਏਰੀਆ ਹੈ ਜਿੱਥੇ ਕੰਬਾਈਨ ਖੜੀ ਹੈ ਮਾਲਕ ਵੀਰਾਂ ਵੱਲੋਂ ਕੰਬਾਈਨ ਦੀ ਡਿਮਾਂਡ ਰੱਖੀ ਗਈ ਹੈ 7,50,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਕੰਬਾਈਨ ਦੇ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਕੰਬਾਈਨ ਨੂੰ ਖਰੀਦ ਸਕਦੇ ਹੋ ਤੇ ਕੰਬਾਈਨ ਬਾਰੇ ਕੋਈ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਜਿਹੜੇ ਵੀਰ ਮਸ਼ੀਨਰੀ ਦੀ ਐਡ ਲਵਾਉਣ ਲਈ ਫੋਟੋਆਂ ਭੇਜਦੇ ਐ ਉਹ ਆਪਣੇ ਫੋਨ ਨੂੰ ਟੇਡਾ ਕਰਕੇ ਮਸ਼ੀਨਰੀ ਦੇ ਚਾਰੇ ਸਾਈਡ ਤੋਂ ਮਸ਼ੀਨਰੀ ਦੀਆਂ 4 ਤੋਂ 5 ਫੋਟੋਆਂ ਖਿੱਚ ਕੇ ਭੇਜਿਆ ਕਰਨਾ ਤਾਂ ਕਿ ਤੁਹਾਡੀ ਮਸ਼ੀਨਰੀ ਦੀ ਐਡ ਸਹੀ ਢੰਗ ਨਾਲ ਲੱਗ ਸਕੇ ਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ ਹੁਣ ਤੁਹਾਨੂੰ ਜਗਤਜੀਤ ਸਪੋਰਟਸ ਪਲੱਸ ਟਾਪ ਮਾਡਲ ਕੰਪਿਊਟਰ ਕਰਾਹਾ ਦਿਖਾ ਰਹੇ ਆ ਇਹ ਕਰਾਹਾ 2021 ਮਾਡਲ ਹੈ ਵਧੀਆ ਹਾਲਤ ਵਿੱਚ ਕਰਾਹਾ ਖੜਾ ਹੈ ਡਬਲ ਐਕਸਲ ਵਾਲਾ ਕੰਪਿਊਟਰ ਕਿਰਾਏ ਹੈ ਕਿਰਾਏ ਦੇ ਟਾਇਰਾਂ ਦੀ ਕੰਡੀਸ਼ਨ 90.95 ਪੈਸੇ ਹੈ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ 425 ਘੰਟੇ ਕਿਰਾਹਾ ਚੱਲਿਆ ਹੋਇਆ ਹੈ ਕਿਰਾਏ ਉੱਪਰ ਜਗਤਜੀਤ ਦਾ ਸਿਸਟਮ ਲੱਗਾ ਹੋਇਆ ਹੈ ਵਧੀਆ ਹਾਲਤ ਵਿੱਚ ਸਿਸਟਮ ਚੱਲਦਾ ਹੈ ਏ ਕਲਾਸ ਕੰਡੀਸ਼ਨ ਵਿੱਚ ਕਿਰਾਹਾ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਕਿਰਾਏ ਤੇ ਸਿਸਟਮ ਦੀ ਫੁੱਲ ਗਾਰੰਟੀ ਹੈ ਤੁਸੀਂ ਕਿਰਾਏ ਨੂੰ ਖਰੀਦਣ ਸਮੇਂ ਕਿਰਾਏ ਨੂੰ ਚਲਾ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਕ ਰਾਹੇ ਦਾ ਪਿੰਡ ਲਾਂਗੋਵਾਲ ਜ਼ਿਲ੍ਹਾ ਸੰਗਰੂਰ ਏਰੀਆ ਜਿੱਥੇ ਇੱਕ ਕਰਾਹਾ ਖੜਾ ਹੈ ਮਾਲਕ ਵੀਰਾਂ ਵੱਲੋਂ ਕਰਾਹੇ ਦੀ ਡਿਮਾਂਡ ਰੱਖੀ ਗਈ ਹੈ 2,60,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਕੰਪਿਊਟਰ ਕਰਾਹੇ ਨੂੰ ਖਰੀਦ ਸਕਦੇ ਹੋ ਤੇ ਕਰਾਹੇ ਬਾਰੇ ਹੋਰ ਵੀ ਕੋਈ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਮਸ਼ੀਨਰੀ ਨੂੰ ਖਰੀਦਣ ਤੋਂ ਪਹਿਲਾਂ ਇੱਕ ਵਾਰ ਆਪਣੀ ਤਸੱਲੀ ਜ਼ਰੂਰ ਕਰੋ ਹੁਣ ਤੁਹਾਨੂੰ ਬਿਲਕੁਲ ਨਵੀਂ ਆਨਜੂਜ ਟਰਾਲੀ ਦਿਖਾ ਰਹੇ ਹਾਂ ਇਹ ਟਰਾਲੀ ਦਾ ਸਾਈਜ਼ 11 ਫੁੱਟ ਲੰਬੀ ਹੈ ਸਾਢੇ 6 ਫੁੱਟ ਚੌੜੀ ਹੈ ਸਵਾ ਦੋ ਫੁੱਟ ਬਾਡੀ ਹੈ 4 ਫੁੱਟ ਬੈੱਡ ਹੈ ਬੈੱਡ ਉੱਪਰ ਜਾਲੀ ਲੱਗੀ ਹੋਈ ਹੈ ਫੁੱਲ ਹੈਵੀ ਕੁਆਲਿਟੀ ਦੀ ਟਰਾਲੀ ਤਿਆਰ ਕੀਤੀ ਗਈ ਹੈ ਟਰਾਲੀ ਦੇ ਵਧੀਆ ਕੁਆਲਿਟੀ ਦਾ ਜੈਕ ਲੱਗਾ ਹੋਇਆ ਹੈ ਟਰਾਲੀ ਦੇ 10 ਇੰਚੀ ਚੈਨਰ ਲੱਗੇ ਹੋਏ ਹੈ ਚਾਰਾਂ ਅੰਚੇ ਹਿੱਸਾ ਲੱਗਾ ਹੋਇਆ ਹੈ 10 ਨਟੀਆਂ ਹੱਬਾਂ ਲੱਗੀਆਂ ਹੋਈਆਂ ਨੇ ਡਬਲ ਟਾਇਰ ਵਾਲੀ ਟਰਾਲੀ ਹੈ ਟਰਾਲੀ ਦੇ ਸਾਫ਼ ਬੇਦਾਗ ਪੱਕੇ ਟਾਇਰ ਲੱਗੇ ਹੋਏ ਐ ਟਰਾਲੀ ਦੇ ਟਾਇਰਾਂ ਦੀ ਕੰਡੀਸ਼ਨ 35-40 ਪੈਸੇ ਐ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਐ ਵਧੀਆ ਹਾਲਤ ਵਿੱਚ ਟਰਾਲੀ ਚੱਲਦੀ ਐ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਫੁੱਲ ਗਰੰਟੀ ਐ ਤੁਸੀਂ ਟਰਾਲੀ ਨੂੰ ਖਰੀਦਣ ਸਮੇ ਟਰਾਲੀ ਨੂੰ ਚੈੱਕ ਕਰਕੇ ਆਪਣੇ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਟਰਾਲੀ ਦਾ ਬਰੇਟਾ ਜ਼ਿਲ੍ਹਾ ਮਾਨਸਾ ਏਰੀਆ ਜਿੱਥੇ ਟਰਾਲੀ ਖੜੀ ਹੈ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਡਿਮਾਂਡ ਰੱਖੀ ਗਈ ਹੈ 1,35,000 ਰੁਪਏ ਬਾਕੀ ਥੋੜਾ ਬਹੁਤਾ ਮੌਕੇ ਤੇ ਲੈਸ ਹੋਈ ਜਾਂਦਾ ਹੈ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਇਹ ਟਰਾਲੀ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਘੰਟੀ ਦੇ ਬਟਨ ਨੂੰ ਟੱਚ ਕਰਕੇ ਆਲ ਤੇ ਸੈੱਟ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਇਸ ਨਾਲ ਤੁਹਾਨੂੰ ਖੇਤੀਬਾੜੀ ਦੇ ਸੰਦ ਖਰੀਦਣ ਜਾਂ ਵੇਚਣ ਵਿੱਚ ਅਸਾਨੀ ਮਿਲ ਸਕਦੀ ਹੈ ਥੈਂਕ ਯੂ